ਸਬਜ਼ੀਆਂ ਦੇ ਮੁੱਲ ਲਗਾਤਾਰ ਵਧਦੇ ਵਿਖਾਈ ਦੇ ਰਹੇ ਹਨ। ਗੱਲ ਕਰੀਏ ਗੁਰਦਾਸਪੁਰ ਦੀ ਤਾਂ ਇੱਥੇ 2 ਹਫ਼ਤੇ ਪਹਿਲਾਂ ਤੱਕ 15 ਤੋਂ 20 ਰੁਪਏ ਕਿਲੋ ਵਿਕਣ ਵਾਲੀ ਸਬਜ਼ੀਆਂ ਦੇ ਦਾਮ ਕਾਫੀ ਤੇਜ਼ ਹੋ ਚੁੱਕੇ ਹਨ। ਉੱਥੇ ਹੀ ਸਬਜ਼ੀ 40 ਰੁਪਏ ਤੋਂ ਲੈ ਕੇ 70 ਰੁਪਏ ਕਿਲੋ ਤੱਕ ਵਿਕ ਰਹੀ ਹੈ ਅਤੇ ਕੁਝ ਤਾਂ ਇਸ ਤੋਂ ਵੀ ਮਹਿੰਗੀਆਂ ਵਿਕ ਰਹੀਆਂ ਹਨ। ਪਿਆਜ਼ ਤਾਂ ਲੋਕਾਂ ਦੇ ਹੰਝੂ ਕੱਢਦਾ ਵਿਖਾਈ ਦੇ ਰਿਹਾ ਹੈ। ਸਬਜ਼ੀਆਂ ਦੇ ਵੱਧ ਰਹੇ ਭਾਅ ਦੇ ਚੱਲਦੇ ਆਮ ਨਾਗਰਿਕ ਦੀ ਰਸੋਈ ਦਾ ਬਜਟ ਵਿਗੜਦਾ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਸਬਜ਼ੀ ਵਿਕਰੇਤਾ ਨੂੰ ਵੀ ਮਹਿੰਗੀ ਹੋ ਚੁੱਕੀ ਸਬਜ਼ੀ ਨੂੰ ਵੇਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬਜ਼ੀ ਵਿਕਰੇਤਾਵਾਂ ਦੀ ਸੇਲ ਵਿੱਚ ਕਮੀ ਆ ਰਹੀ ਹੈ। ਲੋਕ ਰੇਟ ਪੁੱਛ ਕੇ ਵਾਪਸ ਪਰਤ ਜਾਂਦੇ ਹਨ। ਜਿਸ ਮਿਕਦਾਰ ਵਿੱਚ ਸਬਜ਼ੀ ਵਿਕਣੀ ਚਾਹੀਦੀ ਹੈ ਉਸ ਮਿਕਦਾਰ ਵਿੱਚ ਨਹੀਂ ਵਿਕ ਰਹੀ। सब्जी वेखो जी महंगी आ, जो गाड़ी कितने वरतनी आ बहुत घट खड़ते हैं कि मतलब कई चीज़ा तो यहोजियाँ जड़िया जिदा शिमला वगैरह वा 200 रुपये किलो लै खड़ के तो उन्हूं की करांगे। इस करके आप शिमला भी जी बहुत घट यूज करते हैं, प्याज भी घट यूज करना पैंदा। जेब से पैना जेब से खर्चा वा, बाकी दुकानदारी के उत्ते बड़ा असर पैंदा। गाह खराब हुंदा जो आप माड़ी चीज़ बनावांगे घट चीज़ पावांगे तो गाहक भी खराब होना। ਵਧੀਆ ਚੀ ਮਤਲਬ ਸਸਤੀ ਮਿਲੂਗੀ ਆਪਾਂ ਬਹੁਤੀ ਲੈ ਜਾਂਦੇ ਹਾਂ, 2-4 ਦਿਨ ਦੀ ਇਕੱਠੀ ਲੈ ਜਾਂਦੇ ਹਾਂ। ਜੋ ਸਸਤੀ ਨਹੀਂ ਮਿਲਦੀ ਤਾਂ ਆਪਾਂ ਇੱਕ ਅੱਧੇ ਦਿਨ ਦੀ ਖੜਦੇ ਵੀ ਅਗਲੇ ਦਿਨ ਸ਼ਾਇਦ ਭਾਅ ਡਾਊਨ ਹੋ ਜਾਵੇ। ਇਸ ਕਰਕੇ ਅਸੀਂ ਮਤਲਬ ਥੋੜ੍ਹਾ ਥੋੜ੍ਹਾ ਮਾਲ ਖੜ ਕੇ ਅਤੇ ਆਪਣਾ ਗੁਜ਼ਾਰਾ ਕਰਦੇ। ਹੁਣ ਹਰੀ ਮਿਰਚ ਵਾ, ਹਰੀ ਮਿਰਚ 80 ਰੁਪਈਏ 90 ਰੁਪਈਏ 100 ਤੋਂ 80 ਨੂੰ ਆਈ ਆ। ਕੀ ਕਰਾਂਗੇ ਹਰੀ ਮਿਰਚ ਨੂੰ, ਹਰ ਆਦਮੀ ਨੇ ਯੂਜ ਕਰਨੀ ਉਹ। ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਸਬਜ਼ੀ ਲੈਣਾ ਹੈ? ਸਬਜ਼ੀ ਭਾਜੀ ਬਹੁਤ ਮਹਿੰਗੀ ਜ਼ਿਆਦਾ ਹੋ ਗਈ ਆ, ਮਾੜਾ ਬੰਦਾ ਤਾਂ ਕੋਈ ਸਬਜ਼ੀ ਲੈ ਨਹੀਂ ਸਕਦਾ ਇੱਦਾਂ ਜੇ। ਹਾਂਜੀ, ਕੀ ਕੀ ਭਾਅ ਖਰੀਦਣੇ ਆ? 70 ਰੁਪਏ ਪਿਆਜ਼ ਦੇ, 40 ਰੁਪਏ ਆਲੂ ਆ, ਤੇ ਦੂਜੀਆਂ ਸਬਜ਼ੀਆਂ ਦਾ ਪੁੱਛੋ ਕੁਛ ਨਾ, ਬਹੁਤ ਜ਼ਿਆਦਾ ਮਹਿੰਗੀਆਂ ਸਬਜ਼ੀਆਂ। ਪਰ ਹੁਣ ਕੀ ਕਰਨਾ, ਬਜਟ ਨੂੰ ਕੀ ਕਹੋਗੇ ਹਿਲ ਜਾਂਦਾ? ਨਹੀਂ ਜੀ, ਐਡਜਸਟ ਕਰਨਾ ਪੈਂਦਾ ਵਿੱਚ ਬੜੀ ਮੁਸ਼ਕਲ ਦੇ ਨਾਲ। ਹੋਰ ਖਰਚੇ ਵੀ ਬਹੁਤ ਜ਼ਿਆਦਾ ਆ, ਪਰ ਇਹ ਵੀ ਹੁਣ ਚੀਜ਼ਾਂ ਨਾਲ ਲੈਣੀਆਂ ਪੈਂਦੀਆਂ, ਕਰ ਨਹੀਂ ਸਕਦੇ ਕੁਛ। ਮੈਂ ਭਾਅ ਦੇ ਸਮਾਨ ਨੂੰ ਜਾ ਰਿਹਾ, ਮੇਰਾ ਕੋਈ ਵੀ ਚੀਜ਼ਾਂ ਦਾ ਸਾਰਾ ਸਮਾਨ ਨੂੰ ਚੜ੍ਹਦੀਆਂ ਚੀਜ਼ਾਂ ਸਾਰੀਆਂ। ਹੁਣ ਗਰੀਬ ਆਦਮੀ ਦਿਹਾੜੀਆਂ ਪੈਣਾ ਹੋ ਕੇ ਇਹਦੀ ਚੀਜ਼ ਨੂੰ ਖਾ ਨਹੀਂ ਸਕਦਾ, ਮਤਲਬ ਨਹੀਂ ਪਤਾ ਖਾ ਲਏ। ਅਸੀਂ ਤਾਂ ਲੈ ਰਹੇ ਸਬਜ਼ੀਆਂ ਤਾਂ ਲੈ ਰਹੇ ਹਾਂ ਜੀ, ਵੈਸੇ ਆਲੂ ਪਿਆਜ਼ 70 ਰੁਪਏ ਕਹਿ ਰਹੇ ਆ, ਆਲੂ 40 ਰੁਪਏ ਆ, ਅਤੇ ਗਰੀਬਾਂ ਦੇ ਜਿਹੜੇ 100 ਰੁਪਏ ਦਿਹਾੜੀ ਕਮਾਉਣੀ ਉਹ ਕੀ ਖਾਊਗਾ ਜੀ, ਕੁਛ ਨਹੀਂ ਖਾ ਸਕਦਾ। ਮਹਿੰਗੀ ਆ ਅਸਲ ਕਿ ਸਸਤੀ ਆ? ਬਹੁਤ ਮਹਿੰਗੀ ਆ ਭਾਅ ਜੀ, ਮਹਿੰਗੀ। ਕਿੰਨਾ ਕੁ ਅਸਰ ਪੈਂਦਾ ਹੋਵੇ ਤੁਹਾਡੀ ਸੇਲ 'ਤੇ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਜਿੱਥੇ 5-4 ਕੁਇੰਟਲ ਵੇਚਦਾ ਰਿਹਾ, ਇੱਥੇ ਮੈਂ 3 ਪੱਲੀਆਂ ਲਾ ਕੇ ਹਲੇ ਬੈਠਾ ਵਾ। ਗਾਹਕ ਕੋ ਮਤਲਬ ਨਹੀਂ, ਮਤਲਬ ਕੰਜੈਸ਼ ਹੈਗੀ। ਆਲੂ 40 ਰੁਪਏ ਕਿਲੋ ਵਾ, ਪਿਆਜ਼ 70 ਹੋ ਗਿਆ ਵਾ, ਗੋਭੀ 50 ਰੁਪਏ ਕਿਲੋ, ਗਾਹਕ ਨਹੀਂ ਲੈਣ ਡਿਆ ਦਾ। ਨੁਕਸਾਨ ਹੋ ਜਾਂਦਾ? ਬਹੁਤ ਨੁਕਸਾਨ, 3,000-4,000 ਰੁਪਈਆ ਮੈਂ ਘਟਾਇਆ ਤੂੰ ਤਿੰਨ ਦਿਨਾਂ ਵਿੱਚ। ਸਬਜ਼ੀ ਮਹਿੰਗੀ ਹੋਣ ਦਾ ਦੁਕਾਨਦਾਰ ਨੂੰ ਕੀ ਨੁਕਸਾਨ ਹੁੰਦਾ? ਦੁਕਾਨਦਾਰ ਇਹੋ ਹੀ ਆ, ਸੇਲ ਸੂਲ ਘੱਟ ਹੁੰਦੀ ਆ, ਮਹਿੰਗੀ ਹੋਈ ਦੀ ਜਦੋਂ, ਅਤੇ ਫਰਕ ਪੈਂਦਾ ਗਾਹਕ ਦਾ ਥੋੜ੍ਹਾ ਬਹੁਤਾ। ਮਹਿੰਗੀ ਗਾਹਕ ਨਹੀਂ ਖੜਦਾ, ਸਾਡੇ ਸਬਜ਼ੀ ਨਹੀਂ ਖੜਦੇ ਤਾਂ ਪਈ ਪਈ ਖਰਾਬ ਵੀ ਹੁੰਦੀ, ਉਹਨੂੰ ਨੁਕਸਾਨ ਹੁੰਦਾ ਨਾ? ਰੋਜ਼ ਨੁਕਸਾਨ ਹੁੰਦਾ ਭਾਅ ਜੀ, ਸਭ ਦੇ ਹਿਸਾਬ ਨਾਲ ਨਹੀਂ ਖੜਦਾ ਗਾਹਕ। ਕਿਹੜੀ ਕਿਹੜੀ ਇਸ ਵੇਲੇ ਸਬਜ਼ੀ ਮਹਿੰਗੀ ਦਿਖਾਈ ਦੇ? ਸਾਰੀਆਂ ਸਬਜ਼ੀਆਂ ਭਾਅ ਜੀ ਮਹਿੰਗੀ, ਸਾਰੀ ਸਬਜ਼ੀ ਕੋਈ ਵੀ ਨਹੀਂ ਸਸਤੀ। ਸੇਲ 'ਤੇ ਵੀ ਅਸਰ ਪੈਂਦਾ? ਸੇਲ ਦਾ ਫਰਕ ਪੈਂਦਾ। ਇਹ ਸਬਜ਼ੀ ਮਹਿੰਗੀ ਹੈ ਨਾ, ਸਾਨੂੰ ਲਿਆਉਣੀ ਪੈਂਦੀ ਮਹਿੰਗੀ ਸਸਤੀ, ਅੱਗੋਂ ਗਾਹ ਮੰਗਦਾ ਉਹੀ ਭਾਅ ਕਹਿੰਦਾ, ਗਾ ਅਸੀਂ ਤਾਂ ਕੱਲ੍ਹ ਖੜੀ ਹੈ ਜਿੱਦਾਂ ਕਹਿੰਦਾ, ਪਰਸੋਂ ਖੜੀ ਆ ਭਾਅ, ਗਾਹ ਪੈਸਾ ਨਹੀਂ ਭਰਦਾ। ਠੀਕ ਹੈ ਜੀ, ਕਿਹੜੀ ਕਿਹੜੀ ਸਬਜ਼ੀ ਇਸ ਵੇਲੇ ਮਹਿੰਗੀ ਹੈ? ਆਲੂ ਅਤੇ ਪਿਆਜ਼, ਆਲੂ ਪਿਆਜ਼ ਮਹਿੰਗਾ ਵਾ, ਬਾਕੀ ਗੋਭੀ ਮਹਿੰਗੀ, ਚਲੋ ਗੋਭੀ ਚਲੋ ਹੋ ਜਾਣੀ ਸਸਤੀ। ਤੁਹਾਡੀ ਸੇਲ 'ਤੇ ਕਿੰਨਾ ਕੁ ਅਸਰ ਪੈਂਦਾ? ਸੇਲ 'ਚ ਵੱਧ ਅਸਰ ਤਾਂ ਪੈਂਦਾ ਜੀ, ਸਾਰਿਆਂ ਨੂੰ ਪੈਂਦਾ, ਗਾਹਕਾਂ ਨੂੰ ਪੈਂਦਾ ਸਾਨੂੰ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ, ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁਕਾ। ਥੈਂਕ ਯੂ ਸੋ ਮਚ।